ਪਿੰਡ ਤਾਰਾ ਸਿੰਘ ਵਾਲਾ ਵਿਖੇ ਮੋਟਰਸਾਈਕਲ ਚੋਰੀ ਕਰਨ ਦੇ ਜੁਰਮ ਤਹਿਤ ਤਿੰਨ ਖਿਲਾਫ ਪੁਲਿਸ ਵੱਲੋਂ ਮਾਮਲਾ ਕੀਤਾ ਦਰਜ ਪਿੰਡ ਤਾਰਾ ਸਿੰਘ ਵਾਲਾ ਵਿਖੇ ਜ਼ਮੀਨ ਵਿੱਚ ਬੀਜੀ ਕਣਕ ਦੀ ਫਸਲ ਨੂੰ ਪਾਣੀ ਲੱਗਿਆ ਚੈੱਕ ਕਰਨ ਗਏ ਤਾਂ ਮੋਟਰ ਤੇ ਬੈਠੇ ਵਿਅਕਤੀਆਂ ਵੱਲੋਂ ਚੋਰੀ ਕਰਨ ਦੀ ਨੀਅਤ ਨਾਲ ਮੋਟਰਸਾਈਕਲ ਚੋਰੀ ਕਰਨ ਦੇ ਜੁਰਮ ਤਹਿਤ ਤਿੰਨ ਨਾਮਜਦ ਵਿਅਕਤੀਆਂ ਖਿਲਾਫ 379 5011 ਆਈਪੀਸੀ ਦੇ ਤਹਿਤ ਥਾਣਾ ਲਖੋਗੇ ਬਰਾਮਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਇਸ ਮੌਕੇ ਥਾਣਾ ਲਖੋਗੀ ਬਰਾਮਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਪ੍ਰੇਮ ਸਿੰਘ ਪੁੱਤਰ ਦਾਦਾ ਸਿੰਘ ਵਾਸੀ ਪਿੰਡ ਤਾਰਾ ਸਿੰਘ ਵਾਲਾ ਨੇ ਦੱਸਿਆ ਕਿ 21 ਦਸੰਬਰ ਨੂੰ ਸ਼ਾਮ 7:30 ਵਜੇ ਦੇ ਕਰੀਬ ਆਪਣੇ ਚਾਚਾ ਦੇ ਨਾਲ ਜ਼ਮੀਨ ਵਿੱਚ ਬੀਜੀ ਕਣਕ ਦੀ ਫਸਲ ਨੂੰ ਪਾਣੀ ਲਗਿਆ ਚੈੱਕ ਕਰਨ ਗਏ ਤਾਂ ਉਹਨਾਂ ਦੀ ਮੋਟਰ ਤੇ ਬੈਠੇ ਬਸੰਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਆਲਮ ਉਤਾੜ ਤਹਿਸੀਲ ਪੱਟੀ ਥਾਣਾ ਬਲਟੋਹਾ ਜ਼ਿਲ੍ਹਾ ਤਰਨਤਾਰਨ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਪਿੱਪਲ ਸਿੰਘ ਵਾਸੀ ਜਲਾਲ ਵਾਲਾ ਥਾਣਾ ਮਮਦੋਟ ਸੁਰਿੰਦਰ ਸਿੰਘ ਉਰਫ ਬਿੱਟੂ ਪੁੱਤਰ ਸੁੱਖਾ ਸਿੰਘ ਵਾਸੀ ਪਿੰਡ ਕਿਲੀ ਜੋ ਮੋਟਰਸਾਈਕਲ ਕਰੀ ਕਰਨ ਦੀ ਨੀਅਤ ਨਾਲ ਆਏ ਸਨ ਤੇ ਮੇਰਾ ਮੋਟਰਸਾਈਕਲ ਚੋਰੀ ਕਰਕੇ ਪਜਾ ਕੇ ਚਲੇ ਗਿਆ ਜਿਨ੍ਹਾਂ ਦਾ ਪਿੱਛਾ ਕਰਨ ਤੇ ਇਹ ਮੌਕੇ ਤੋਂ ਫਰਾਰ ਹੋ ਗਿਆ ਇਸ ਮਾਮਲੇ ਦੀ ਜਾਂਚ ਕਰ ਸਾਇਕ ਥਾਣੇਦਾਰ ਸਤਿੰਦਰਪਾਲ ਸਿੰਘ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਬੀਤੀ 21 ਦਸੰਬਰ ਦੀ ਰਾਤ 7:30 ਵਜੇ ਦੇ ਕਰੀਬ ਮੁੰਦਈ ਆਪਣੇ ਚਾਚੇ ਨਾਲ ਬੀਜੀ ਹੋਈ ਕਣਕ ਦੀ ਫਸਲ ਨੂੰ ਪਾਣੀ ਚੈੱਕ ਕਰਨ ਗਿਆ ਤਾਂ ਉੱਥੇ ਉਕਤ ਵਿਅਕਤੀ ਪਹਿਲਾਂ ਹੀ ਮੋਟਰ પર ਮੌਜੂਦ ਸੀ ਜਿਨ੍ਹਾਂ ਨੇ ਮੋਟਰਸਾਈਕਲ ਚੋਰੀ ਕਰਨ ਦੀ ਨੀਅਤ ਨਾਲ ਮੋਟਰਸਾਈਕਲ ਪਜਾ ਕੇ ਲੈ ਗਿਆ ਜਿਸ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਥਾਣਾ ਲੱਕੋ ਕੇ ਬੇਰਾਮ ਵਿਕੇ ਅਪਰਾਧ ਜੁਰਮ 379 511 ਆਈਪੀਸੀ ਦੇ ਤਹਿਤ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਹੈ ਦੱਸਦੀ ਹੈ ਕਿ ਪੱਤਰਕਾਰਾਂ ਨਾਲ ਇਹ ਜਾਣਕਾਰੀ ਮਾਮਲਾ ਦਰਜ ਹੋਣ ਤੋਂ ਬਾਅਦ ਸ਼ਨੀਵਾਰ ਨੂੰ 11 ਵਜੇ ਦੇ ਕਰੀਬ ਸਾਂਝੀ ਕੀਤੀ ਗਈ ਹੈ